ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦਾ ਕੋਈ ਵੀ ਅਜਿਹਾ ਵਰਗ ਨਹੀਂ ਛੱਡਿਆ ਸੀ ਜਿਸ ਦੇ ਨਾਲ ਕੋਈ ਵੱਡਾ ਵਾਅਦਾ ਨਾ ਕੀਤਾ ਹੋਵੇ। ਨੌਜਵਾਨਾਂ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਸਨ ਅਤੇ ਉਹਨਾਂ ਵਿੱਚੋਂ ਇੱਕ ਵਾਅਦਾ ਸੀ ਨੌਜਵਾਨਾਂ ਨੂੰ ਸਰਕਾਰ ਬਣਨ ਤੋਂ ਬਾਅਦ ਸਮਾਰਟਫੋਨ ਦੇਣ ਦਾ ਅਤੇ ਲਾਰੇ ਤੇ ਲਾਰਾ ਕੈਪਟਨ ਸਰਕਾਰ ਲਾਉਂਦੀ ਦਿਖਾਈ ਦਿੰਦੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਦੀਵਾਲੀ ਮੌਕੇ ਨੌਜਵਾਨਾਂ ਨੂੰ ਸਮਾਰਟਫੋਨ ਮਿਲ ਜਾਣਗੇ। ਦੀਵਾਲੀ ਲੰਘ ਗਈ ਹੈ। ਪੁੱਛਿਆ ਗਿਆ ਸੁਖਬੀਰ ਸਿੰਘ ਬਾਦਲ ਤੋਂ ਕੀ ਜਵਾਬ ਦਿੱਤਾ ਸੁਖਬੀਰ ਬਾਦਲ ਨੇ, ਤੁਸੀਂ ਆਪ ਹੀ ਦੇਖ ਲਓ। ਹੁਣ ਐ ਨਹੀਂ ਪਤਾ ਕਿਹੜੀ ਦੀਵਾਲੀ ਹੈ, ਮੈਨੂੰ ਲੱਗਦਾ ਹੈ ਕਿ ਭਾਵੇਂ ਕਿੰਨੇ ਸਾਲ ਟੱਪਣਗੇ, ਕਿਉਂਕਿ ਅੱਜ ਤੱਕ ਕੈਪਟਨ ਸਾਹਿਬ ਨੇ ਕੋਈ ਝੂਠਾ ਵਾਅਦਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅੱਜ ਤੱਕ। ਆਖਿਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਦੀਵਾਲੀ ਵਾਲਾ ਬਿਆਨ ਦਿੱਤਾ ਕਿਉਂ ਗਿਆ ਹੈ? ਕਿਉਂਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੁਝ ਮਹੀਨੇ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਦੀਵਾਲੀ ਮੌਕੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਮਿਲ ਜਾਣਗੇ। ਉਹ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਸਮਾਰਟਫੋਨ ਦਾ ਫੈਸਲਾ ਇਹ ਫਾਈਨੈਂਸ ਡਿਪਾਰਟਮੈਂਟ ਵੱਲੋਂ 130 ਕਰੋੜ ਰੁਪਏ ਰਿਲੀਜ਼ ਕਰ ਦਿੱਤੇ ਗਏ ਔਰ ਸਮਾਰਟਫੋਨ ਦਾ ਟੈਂਡਰ ਜਿਹੜਾ ਕਾਲ ਕਰ ਲਿਆ। ਕੀ ਆਸ ਕੀ ਲੱਗਦੀ ਹੈ ਕਦੋਂ ਤੱਕ ਜਿਹੜਾ ਹੈਗਾ ਇਹ ਸਮਾਰਟਫੋਨ ਦਾ ਵਾਅਦਾ ਪੂਰਾ ਹੋਊਗਾ? ਸਰ ਮੈਂ ਤਾਂ ਤੁਹਾਨੂੰ ਕਹਿ ਜਦੋਂ ਪੈਸੇ ਰਿਲੀਜ਼ ਕਰਦੇ ਕੀਤੇ ਸਨ ਉਹਨਾਂ ਨੂੰ ਕਦੋਂ ਪੂਰੇ ਕੀਤਾ ਜਾਏਗਾ? ਤਾਂ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਕਿ ਸਾਡੇ ਲਈ ਸਭ ਤੋਂ ਸੌਖਾ ਵਾਅਦਾ ਹੈ ਜਿਸ ਨੂੰ ਅਸੀਂ ਬਹੁਤ ਜਲਦੀ ਪੂਰਾ ਕਰ ਸਕਦੇ ਹਾਂ ਉਹ ਹੈ ਸਮਾਰਟਫੋਨਾਂ ਦਾ ਵਾਅਦਾ ਅਤੇ ਜਲਦੀ ਉਸ ਨੂੰ ਪੂਰਾ ਕਰ ਦਿੱਤਾ ਜਾਏਗਾ। 2.5 ਤੋਂ 3 ਸਾਲ ਦੇ ਵਿੱਚ ਇਸ ਸਰਕਾਰ ਨੂੰ ਹੋ ਗਿਆ, ਅਜੇ ਤੱਕ ਇੱਕ ਵੀ ਸਮਾਰਟਫੋਨ ਪੰਜਾਬ ਦੇ ਇੱਕ ਵੀ ਨੌਜਵਾਨ ਨੂੰ ਨਹੀਂ ਮਿਲ ਸਕਿਆ। ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਇੱਥੇ ਇਸ ਲਈ ਕੀਤਾ ਹੈ ਕਿਉਂਕਿ ਵਿੱਤ ਮੰਤਰੀ ਨੇ ਪੈਸਾ ਉਹਨਾਂ ਨੇ ਜਾਰੀ ਕਰਨਾ ਅਤੇ ਬਹੁਤ ਸਾਰੇ ਉਹਨਾਂ ਦੇ ਅਜਿਹੇ ਬਿਆਨ ਆਏ ਨੇ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾ ਚੱਲਦੀ ਰਹਿੰਦੀ ਹੈ ਕਿ ਕਿੰਨੇ ਝੂਠੇ ਬਿਆਨ ਮਨਪ੍ਰੀਤ ਸਿੰਘ ਬਾਦਲ ਦਿੰਦੇ ਨੇ। ਮਨਪ੍ਰੀਤ ਸਿੰਘ ਬਾਦਲ ਨੂੰ ਇੱਥੇ ਬਹੁਤ ਹੀ ਝੂਠਾ ਲੀਡਰ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਲਾਰਾ ਉਹ ਪੰਜਾਬ ਦੇ ਨੌਜਵਾਨਾਂ ਨੂੰ ਲਾਉਂਦੇ ਦਿਖਾਈ ਦਿੰਦੇ ਨੇ। ਕਦੇ ਕਹਿੰਦੇ ਨੇ ਕਿ ਦੀਵਾਲੀ 2018 ਦੇ ਵਿੱਚ ਸਮਾਰਟਫੋਨ ਮਿਲ ਜਾਣਗੇ, ਫਿਰ ਕਹਿੰਦੇ ਨੇ ਮਾਰਚ 2019 ਦੇ ਵਿੱਚ ਸਮਾਰਟਫੋਨ ਮਿਲ ਜਾਣਗੇ ਅਤੇ ਬਾਅਦ ਵਿੱਚ ਕਹਿੰਦੇ ਨੇ ਕਿ ਦੀਵਾਲੀ 2019 ਦੇ ਵਿੱਚ ਸਮਾਰਟਫੋਨ ਨੌਜਵਾਨਾਂ ਤੱਕ ਪਹੁੰਚ ਜਾਣਗੇ, ਪੈਸਾ ਜਾਰੀ ਹੋ ਚੁੱਕਾ ਹੈ, ਟੈਂਡਰ ਹੋ ਕੇ ਪੰਜਾਬ ਸਰਕਾਰ ਨੂੰ ਸਮਾਰਟਫੋਨ ਮਿਲ ਜਾਣਗੇ। ਜਦੋਂ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਜਾਂਦਾ ਹੈ ਤਾਂ ਕਹਿੰਦੇ ਨੇ ਕਿ ਇੰਨੇ ਫੋਨ ਲਿਆਵਾਂਗੇ ਕਿੱਥੋਂ, ਅਜੇ ਪ੍ਰੋਸੈਸ ਚੱਲ ਰਿਹਾ, ਸਮਾਰਟਫੋਨ ਜ਼ਰੂਰ ਮਿਲਣਗੇ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੋਂ ਜਦੋਂ ਪੁੱਛਿਆ ਗਿਆ ਸੀ ਕਿ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਸਮਾਰਟਫੋਨਾਂ ਦਾ ਵਾਅਦਾ ਕਿਉਂ ਕੀਤਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਅਸੀਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਬਣਾਉਣਾ ਚਾਹੁੰਦੇ ਹਾਂ ਤਾਂ ਜੋ ਉਹ ਸਮਾਜ ਦੇ ਨਾਲ ਯੁੱਗ ਦੇ ਨਾਲ ਚੱਲ ਸਕਣ, ਆਪਣੇ ਆਪ ਨੂੰ ਅਪਗ੍ਰੇਡ ਕਰ ਸਕਣ, ਅਪਡੇਟ ਰੱਖ ਸਕਣ। ਇਸੇ ਕਰਕੇ ਫੋਨ ਦੇ ਨਾਲ ਨਾਲ ਉਹਨਾਂ ਨੂੰ ਫ੍ਰੀ ਡਾਟਾ ਪੈਕ ਵੀ ਦਿੱਤਾ ਜਾਏਗਾ ਤਾਂ ਜੋ ਇੰਟਰਨੈਟ ਦੇ ਰਾਹੀਂ ਉਹ ਆਪਣਾ ਵਿਕਾਸ ਕਰ ਸਕਣ। ਅਜਿਹੇ ਦਾਅਵੇ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਸਨ ਪਰ 3 ਸਾਲ ਹੋ ਚੱਲੇ ਨੇ, ਅਜੇ ਤੱਕ ਨੌਜਵਾਨਾਂ ਨੂੰ ਸਮਾਰਟ ਬਣਾਉਣ ਦੀ ਫਿਕਰ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਜਾਪਦੀ ਹੈ ਅਤੇ ਨਾ ਹੀ ਕੋਈ ਡਾਟਾ ਪੈਕ ਦਿੱਤਾ ਗਿਆ। ਇਹ ਵੀ ਨਹੀਂ ਦੱਸਿਆ ਗਿਆ ਕਿ ਮਿਲਣਗੇ ਕਿਵੇਂ, ਜੋ ਫਾਰਮ ਭਰਵਾਏ ਗਏ ਸਨ ਉਹਨਾਂ ਬਾਰੇ ਵੀ ਅਜੇ ਤੱਕ ਨਹੀਂ ਪੁੱਛਿਆ ਗਿਆ। ਇਹ ਵੀ ਨਹੀਂ ਦੱਸਿਆ ਗਿਆ ਕਿ ਜਿਨ੍ਹਾਂ ਨੇ ਫਾਰਮ ਭਰੇ ਸਨ ਉਹਨਾਂ ਨੂੰ ਵੀ ਮਿਲਣਗੇ ਜਾਂ ਫਿਰ ਦੂਜਿਆਂ ਨੂੰ ਵੀ ਮਿਲਣਗੇ, ਸਗੋਂ ਪਿੱਛੇ ਜੇ ਇੱਕ ਚਰਚਾ ਚੱਲੀ ਸੀ ਕਿ ਉਹਨਾਂ ਨੂੰ ਫੋਨ ਮਿਲਣਗੇ ਜਿਨ੍ਹਾਂ ਕੋਲ ਪਹਿਲਾਂ ਸਮਾਰਟਫੋਨ ਨਹੀਂ ਹੈ, ਪਰ ਸਮਾਰਟਫੋਨ ਤਾਂ ਇੱਕ ਜਣੇ ਕੋਲ 2-2, 3-3 ਨੇ। ਕਿਹਾ ਇਹ ਵੀ ਗਿਆ ਕਿ ਜੇਕਰ ਸਮਾਰਟਫੋਨ ਹੋਣ ਦੇ ਬਾਵਜੂਦ ਵੀ ਸਮਾਰਟਫੋਨ ਲੈ ਲਿਆ ਤਾਂ ਉਸ 'ਤੇ ਝੂਠ ਬੋਲਣ ਦਾ ਪਰਚਾ ਵੀ ਦਰਜ ਹੋਏਗਾ, 420 ਦਾ ਪਰਚਾ ਉਸ ਬੰਦੇ 'ਤੇ ਦਰਜ ਹੋਏਗਾ। ਜਿਸ ਤੋਂ ਬਾਅਦ ਚਰਚਾ ਚੱਲਣ ਲੱਗੀ ਕਿ ਸਰਕਾਰ ਤਾਂ ਲੋਕਾਂ ਨੂੰ
ਡਰਾ ਰਹੀ ਹੈ। ਸਮਾਰਟਫੋਨ ਤਾਂ ਇਸਨੇ ਕੀ ਦੇਣੇ ਸਨ, ਪਰ ਮਨਪ੍ਰੀਤ ਸਿੰਘ ਬਾਦਲ ਨੇ ਜਿਵੇਂ ਆਪਣੇ ਬਿਆਨ ਬਦਲੇ ਨੇ, ਉਸ ਨੂੰ ਲੈ ਕੇ ਸਰਕਾਰ ਦੀ ਮਨਸ਼ਾ 'ਤੇ ਸਵਾਲ ਉੱਠਣੇ ਲਾਜ਼ਮੀ ਨੇ, ਕਿਉਂਕਿ ਇੰਨੇ ਬਿਆਨ ਬਦਲ ਬਦਲ ਕੇ ਅੱਧੀ ਸਰਕਾਰ ਤੋਂ ਵੱਧ ਸਰਕਾਰ ਹੰਢਾ ਲਈ ਹੈ ਅਤੇ ਇੱਕ ਵੀ ਸਮਾਰਟਫੋਨ ਪੰਜਾਬ ਦੇ ਇੱਕ ਵੀ ਨੌਜਵਾਨ ਨੂੰ ਅਜੇ ਤੱਕ ਨਹੀਂ ਮਿਲ ਸਕਿਆ ਹੈ। ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਨੌਜਵਾਨਾਂ ਨੂੰ ਸਮਾਰਟਫੋਨ ਕੈਪਟਨ ਵਾਲੇ ਸਮਾਰਟਫੋਨ ਆਖਿਰ ਮਿਲਣਗੇ ਕਦੋਂ, ਚੋਣਾਂ ਦੇ ਕੋਲ ਜਾ ਕੇ ਜਾਂ ਫਿਰ ਹੁਣੇ ਕਦੇ ਨਾ ਕਦੇ ਸਮਾਰਟਫੋਨ ਪੰਜਾਬ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਮਿਲ ਸਕਦੇ ਨੇ? ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਯੂਟਿਊਬ 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ, ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਅਹਿਮ ਖਬਰ ਤੋਂ ਖੁੰਝ ਨਾ ਸਕੋ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ।